ਬੱਚੇ ਕੋਣ ਨਹੀਂ ਜਾਂਦੇ ਸਾਨੂੰ ਨਹੀਂ ਪਤਾ ਅੱਜ ਤੱਕ सज्जन सिंह जी रोणा खुर्द जी की होया इंसीडेंट ए जी बंदे आए कहते इनकम टैक्स वाले जी असं
ਗੱਡੀ ਕਢਾਈ ਜ਼ਰਾ ਮੂਹਰੇ ਅੰਦਰ ਵੜ ਗਏ ਜੀ। ਅੰਦਰ ਵੜ ਕੇ ਜਾ ਕੇ ਕਹਿੰਦੇ ਇਨਕਮ ਟੈਕਸ ਵਾਲਿਆਂ ਦੇ ਅਸੀਂ ਤਾਂ ਉਹੀ ਸਮਝ ਗਏ ਜੀ। ਜਾ ਕੇ ਬਸ ਮੈਨੂੰ ਕਹਿੰਦੀ ਤੇਰੇ ਕੋਲ ਕੈਸ਼ ਪਿਆ, ਪੇਟੀਆਂ ਫੋਲ ਸਾਨੂੰ ਦੱਸਦਾ, ਬਸ ਪੇਟੀਆਂ ਫੋਲ ਲੈ ਗਏ, ਸਾਰੀਆਂ ਪੇਟੀਆਂ ਆਪੇ ਫੋਲੀਆਂ ਨੇ ਜੀ ਉਹਨਾਂ ਨੇ। ਬਸ ਜਾਂਦੇ ਹੋਏ ਜੀ ਕੈਸ਼ ਕੱਢ ਕੇ ਜਿਹੜਾ 25 ਲੱਖ ਦੀ ਉਹ ਲੈ ਗਏ। ਉਹ 25 ਲੱਖ ਕਾਹਦਾ ਸੀਗਾ ਲਿਆ ਤੁਹਾਡੇ ਕੋਲ ਆਇਆ ਜਿਹੜਾ? ਮੇਰੇ ਕੋਲ ਮੈਂ ਜ਼ਮੀਨ ਵੇਚੀ ਸੀ। ਅੱਛਾ ਜੀ। ਮੈਂ ਉਹ ਥੋੜ੍ਹੇ ਰੱਖੇ ਹੋਏ ਸੀ ਪੈਸੇ, ਮੈਂ ਬਿਆਨਾ ਦੇਣਾ ਸੀ ਜ਼ਮੀਨ ਦਾ ਜੀ। ਅੱਛਾ ਜੀ। ਉਦੋਂ ਪਹਿਲਾਂ ਫਿਰ ਮੇਰੇ 'ਤੇ ਉਹ ਕੇਸ ਕਰਤਾ ਮੇਰੇ ਘਰਵਾਲੀ ਨੇ, ਉਹਦੇ ਕਰਕੇ ਜੀ ਫਿਰ ਇੱਧਰ ਰੱਜ ਗਏ, ਉਹ ਮੇਰੇ ਤੋਂ ਬਿਆਨਾ ਦੇਣਾ ਹੋਇਆ। ਅੱਛਾ ਜੀ। ਹਾਂਜੀ। ਅਤੇ ਜਿਹੜਾ ਜਦ ਇਹ ਬੰਦੇ ਆਏ ਨੇ ਕਿੰਨੇ ਵਜੇ ਆਏ ਨੇ ਉਹਦੇ 'ਤੇ? 5 ਵਜੇ ਆਏ ਨੇ ਜੀ, 5:29 ਤੱਕ ਚਲੇ ਗਏ ਨੇ ਜੀ ਇਹ। ਕਮਰੇ 'ਚ ਬੰਦ ਕਰੇ ਸਾਨੂੰ, ਮਗਲੇ ਕਮਰੇ 'ਚ ਬੰਦ ਕਰਕੇ ਜੀ ਫਿਰ ਪੈਸੇ ਲੈ ਕੇ ਭੱਜ ਗਏ ਨੇ ਜੀ। ਬਾਹਰ ਕਿੱਦਾਂ ਨਿਕਲੇ? ਬਾਹਰ ਜੀ ਫਿਰ ਮੈਂ ਫੋਨ ਕਰਿਆ ਜੀ ਮੁੰਡੇ ਨੂੰ, ਸਾਡੇ ਮੇਰੇ ਭਤੀਜੇ ਨੂੰ ਜੀ ਸੰਤੋਖ ਸਿੰਘ ਨੂੰ, ਉਹਨੇ ਫਿਰ ਕੰਧ ਟੱਪ ਕੇ ਕੁੰਡਾ ਖੋਲਿਆ ਜੀ ਸਾਨੂੰ। ਅੱਛਾ। ਹਾਂਜੀ। ਫਿਰ ਅਸੀਂ ਬਾਹਰ ਨਿਕਲੇ ਹਾਂ ਜੀ। ਪੁਲਿਸ ਮੌਕੇ ਪਹੁੰਚ ਗਈ? ਹਾਂਜੀ ਹਾਂਜੀ, ਪੁਲਿਸ ਆ ਗਈ ਸੀ ਜੀ ਮੌਕੇ 'ਤੇ ਸਾਰੇ। ਕਿਹੜੀ ਗੱਡੀ ਸੀ ਉਹਨਾਂ ਕੋਲ ਪਤਾ ਕੁਛ? ਗੱਡੀ ਦਾ ਹੁਣ ਕੋਈ ਹਾਲੇ ਕਲੀਅਰ ਨਹੀਂ ਹੁੰਦੀ ਕਿਹੜੀ, ਆਰਟੀਕਾ ਜਾਂ ਨੋਵਾ ਕਹੀ ਜਾਂਦੇ ਨੇ ਜੀ, ਮਤਲਬ ਹਾਲੇ ਕਲੀਅਰ ਹੋਊਗਾ ਜੀ ਜਦ ਕੈਮਰੇ ਅਸਲ ਮੇਂ ਹੋ ਜਾਣਗੇ ਜੀ। ਨਹੀਂ ਮੰਗ ਤਾਂ ਮੈਂ ਇਨਸਾਫ਼ ਦੀ ਕਰਦਾ ਜੀ, ਮੇਰੀ ਚੋਰੀ ਕੱਢਣੀ ਚਾਹੀਦੀ, ਇਹਨਾਂ ਨੂੰ ਕੱਢ ਕੇ ਕਰਨਾ ਚਾਹੀਦਾ ਜੀ, ਮੈਂ ਇਨਸਾਫ਼ ਨਹੀਂ। ਤੁਹਾਨੂੰ ਕਿਸੇ ਸ਼ੱਕ ਹੈਗਾ ਕਿਉਂਕਿ ਕਿਸੇ ਨੂੰ ਕੀ ਪਤਾ ਤੁਹਾਡੇ ਘਰ ਇੰਨੀ ਪੇਮੈਂਟ ਪਈ ਆ? ਸ਼ੱਕ ਤਾਂ ਜੀ ਹੁਣ ਦੱਸਾਂਗੇ ਜੀ ਹਾਲੇ, ਬਸ ਮਤਲਬ ਵੀ ਕੀ ਉਹਨੇ ਜਿਹੜਾ ਕੋਈ ਬੋਲਿਆ ਉਹਦੇ ਵਿੱਚ ਤਾਂ ਹੁਣ ਸ਼ੱਕ ਉਹਨਾਂ 'ਤੇ ਪੈਂਦੀ ਆ। ਕਿਹਨਾਂ 'ਤੇ ਜੀ? ਮੇਰੀ ਨੂੰਹ 'ਤੇ। ਕਿਆ ਨਾਮ ਹੈ ਤੁਹਾਡਾ? ਗੁਰਦੀਪ ਸਿੰਘ ਹੈ ਜੀ। ਕੀ ਇੰਸੀਡੈਂਟ ਹੋਇਆ ਸੀਗਾ? ਸਰ ਸਵੇਰੇ 4 ਬੰਦੇ ਆਏ ਗੱਡੀ 'ਚ, ਅਤੇ ਇਨਕਮ ਟੈਕਸ ਵਾਲੇ ਦੱਸ ਕੇ ਉਹ ਅੰਦਰ ਆ ਵੜੇ, ਸਾਡੇ ਸਾਰੇ ਟੱਬ ਨੂੰ ਇਕੱਠਾ ਕਰਕੇ ਇੱਥੇ ਬਿਠਾ ਲਿਆ ਜੀ, ਅਤੇ 1-2 ਫਾਰਮੈਲਿਟੀਆਂ ਕਰਕੇ ਉਹ ਜਿਹੜੀ ਪੇਟੀ 'ਚ ਪੈਸੇ ਪਏ ਸੀ ਉਹ ਪੇਟੀ ਖਿਲਾ ਲਈ, ਪੈਸੇ ਕੱਢ ਕੇ ਬਾਹਰ ਰੱਖ ਲਏ, ਉਦੋਂ ਬਾਅਦ ਸਾਡੇ ਸਾਰੇ ਟੱਬਰ ਨੂੰ ਅੰਦਰ ਬੰਦ ਕਰਕੇ ਪੈਸੇ ਲੈ ਕੇ ਚਲੇ ਗਏ, ਜਾਂਦੇ ਹੋਏ ਬਾਹਰਲਾ ਗੇਟ ਵੀ ਨੂੰ ਜੀ ਜਿੰਦਾ ਲਾ ਕੇ ਬਾਹਰ, ਅਤੇ ਉਸ ਤੋਂ ਬਾਅਦ ਅਸੀਂ ਫੋਨ ਕਰਕੇ ਬਾਹਰ ਖਿਲਾਇਆ, ਅਤੇ ਇੱਧਰ ਮੇਰੇ ਵੱਡੇ ਭਰਾ ਨੂੰ ਫੋਨ ਕੀਤਾ, ਉਹਨੂੰ ਦੱਸਿਆ ਵੀ ਇੱਦਾਂ ਇੱਦਾਂ, ਉਹ ਕਹਿੰਦਾ ਵੀ ਉਹ ਤਾਂ ਫਰੋਡ ਸੀਗੇ ਵੀ ਇਨਕਮ ਟੈਕਸ ਵਾਲੇ ਨਹੀਂ ਸੀਗੇ, ਵੀ ਉਹ ਤਾਂ ਆਉਂਦੇ ਫਿਰ ਬਕਾਇਦਾ ਪੁਲਿਸ ਨੂੰ ਲੈ ਕੇ ਆਉਂਦੇ ਨਾਲ, ਵੀ ਉਹ ਤਾਂ ਲੁਟੇਰੇ ਸੀਗੇ, ਅਤੇ ਉਦੋਂ ਬਾਅਦ ਫਿਰ ਪੁਲਿਸ ਨੂੰ ਫੋਨ ਕਰਤਾ। ਅਤੇ ਕੋਈ ਫਸਲਾ ਵਗੈਰਾ ਸੀਗਾ? ਹਾਂਜੀ, 2 ਕੋਲ ਰਿਵਾਲਵਰ ਸੀਗੇ। ਫਿਰ ਮੈਂ ਫੋਨ ਕੀਤਾ ਜੀ ਪਿੰਡ 'ਚ ਮੁੰਡੇ ਨੂੰ, ਉਧਰ ਫਿਰ ਉਹਨੇ ਮੇਰੇ ਵੱਡੇ ਭਰਾ ਨੂੰ ਤਾਇਆ ਜੀ ਦੇ ਲੜਕੇ ਨੂੰ ਠਾ ਲਿਆ, ਉਹ ਫਿਰ ਕੰਧ ਟੱਪ ਕੇ ਆਇਆ, ਉਹਨੇ ਆ ਕੇ ਫਿਰ ਗੇਟ ਖੋਲ ਕੇ ਸਾਨੂੰ ਬਾਹਰ ਕੱਢਿਆ ਜੀ। ਮੰਗ ਤਾਂ ਇਹੀ ਹੈ ਵੀ ਛੇਤੀ ਤੋਂ ਛੇਤੀ ਉਹ ਫੜੇ ਜਾਣ ਤੇ ਸਾਡਾ ਜਿਹੜਾ ਪੈਸਾ ਸਾਨੂੰ ਵਾਪਸ ਮਿਲ ਜਾਵੇ। ਸਰ ਅਸੀਂ ਜ਼ਮੀਨ ਲੈਣੀ ਸੀਗੀ ਜੀ, ਉਹਦਾ ਬਿਆਨਾ ਕਰਨਾ ਸੀ। ਹਾਂਜੀ। ਅਤੇ ਹੁਣ ਕੁਛ ਕੀ ਪੁਲਿਸ ਵਾਲੇ ਕੀ ਕਰ ਰਹੇ? ਪੁਲਿਸ ਵਾਲੇ ਹਜੇ ਕਰ ਰਹੇ ਨੇ ਗੱਡੀ ਦੀ ਪਛਾਣ ਕਰ ਰਹੇ ਨੇ, ਕੈਮਰੇ ਚੈੱਕ ਕਰ ਰਹੇ ਨੇ ਵੀ ਗੱਡੀ ਕਿੱਧਰੋਂ ਆਈ ਸੀ, ਕਿੱਧਰੋਂ ਗਈ ਸੀਗੀ। ਕੀ ਮੈਟਰ ਜਿਹੜਾ ਇਹਨਾਂ ਦੀ ਕੋਈ ਇਨਫੋਰਮੇਸ਼ਨ ਆਈ ਹੈ ਸਵੇਰੇ ਵੀ ਸਾਡੇ ਘਰ ਕੋਈ ਬੰਦੇ ਆਏ ਸੀ, ਚਾਰਾਂ ਬੰਦੇ ਦੇ ਮੂੰਹ ਬੰਨੇ ਸੀ, 2 ਕੋਲ ਵੈਪਨ ਦੱਸਦੇ ਆ, ਅਤੇ ਉਹ ਉਹਨਾਂ ਨੇ ਕੋਈ ਇਹਨਾਂ ਦੇ ਪਹਿਲਾਂ ਕਿਹਾ ਵੀ ਅਸੀਂ ਥੋੜ੍ਹਾ ਨੂੰਹ ਨਾਲ ਰੌਲਾ ਵਗੈਰਾ ਚੱਲਦਾ ਹੈਗਾ, ਅਤੇ ਫਿਰ ਅੱਗੇ ਅੱਗੇ ਕਹਿਤਾ ਅਸੀਂ ਇਨਕਮ ਟੈਕਸ ਅਫਸਰਾਂ ਇਹਨਾਂ ਨੂੰ ਇਕੱਠੇ ਇਕੱਠੇ ਕਰ ਲਿਆ ਵੀ ਅਸੀਂ ਤੁਹਾਡੀ ਤਲਾਸ਼ੀ ਲੈਣੀ ਹੈ। ਉਹ ਅੰਦਰ ਵੜ ਗਏ, ਜਿਹੜੀ ਪੇਟੀ 'ਚ ਕੋਈ ਇਹਨਾਂ ਦੇ ਪੈਸੇ ਪੂਸੇ ਪਏ ਸੀ ਕੋਈ 25-1 ਲੱਖ ਰੁਪਏ ਦੱਸਦੇ ਨੇ, ਉਹ ਕੱਢ ਕੇ ਰੱਖ ਕੇ ਫਿਰ ਇਹਨਾਂ ਨੂੰ ਕਾਰਡ ਕੂਡ ਲੈ ਲਏ ਇਹਨਾਂ ਦੇ ਵੀ, ਤੁਹਾਡੀ ਉਹਨਾਂ ਨੂੰ ਫੋਟੋਗ੍ਰਾਫਸ ਲੈਣੀਆਂ, ਨਾਲੇ ਸਿਗਨੇਚਰ ਲੈਣੇ ਆ, ਸਾਰੀ ਫੈਮਿਲੀ ਬੁਲਾ ਲਓ, ਅਤੇ ਫੈਮਿਲੀ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰਕੇ ਬਾਹਰੋਂ ਲੌਕ ਲਾ ਕੇ ਚਲੇ ਗਏ।
ਗੱਡੀ ਲੈ ਕੇ 5 ਵਜੇ ਆਏ ਨੇ 5:29 ਤੇ ਉਹ ਚਲੇ ਗਏ ਨੇ ਮਤਲਬ ਕਿ 20-22 ਮਿੰਟ 25 ਮਿੰਟ 'ਚ ਉਹਨਾਂ ਨੇ ਸਾਰਾ ਕੰਮ ਕਰਤਾ ਕੋਈ CCTV ਮੂਹਰੇ ਆਈ ਹੈ ਜੀ CCTV ਮੂਹਰੇ ਆਈ ਹੈਗੀ ਹੈ ਜੋ ਸਾਨੂੰ 1-2 ਫੋਟੋਗ੍ਰਾਫਸ ਮਿਲੀਆਂ ਨੇ ਅਸੀਂ ਉਹਦੇ 'ਤੇ ਸਬੰਧ 'ਚ ਕਾਰਵਾਈ ਕਰ ਰਹੇ ਹਾਂ